ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਜਸਵਿੰਦਰ ਭੱਲਾ ਦੇ ਸਾਲੇ ਅਲੋਕ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਲਈ ਉਸਨੇ 3 ਲੋਕਾਂ ਨੂੰ ਜ਼ਿੰਮੇਦਾਰ ਦੱਸਿਆ ਹੈ, ਜਿਨ੍ਹਾਂ ਨਾਲ ਮ੍ਰਿਤਕ ਅਲੋਕ ਸਿੰਘ ਦਾ ਪੈਸਿਆਂ ਦਾ ਲੈਣ ਦੇਣ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਧਾਰਾ 306 ਦੇ ਤਹਿਤ 3 ਲੋਕਾਂ ਦੇ ਖਿਲਾਫ਼ FIR ਦਰਜ ਕਰ ਲਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ SHO ਪਵਨ ਸ਼ਰਮਾ ਨੇ ਦੱਸਿਆ ਕਿ 50 ਲੱਖ ਰੁਪਏ ਦਾ ਕੁਝ ਲੋਕਾਂ ਨਾਲ ਅਲਾਟੀ ਲੈਣ ਦੇਣ ਸੀ ਅਤੇ ਪੈਸੇ ਨਾ ਦੇਣ ਕਾਰਨ ਉਸਨੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਮਨਪ੍ਰੀਤ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 306 ਦੇ ਤਹਿਤ 3 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਸਰ, ਸ਼ਾਸਤਰੀ ਨਗਰ ਗੁਰੂ ਤੇਗ ਬਹਾਦਰ ਹਸਪਤਾਲ ਦੇ ਪਿੱਛੇ ਸਾਨੂੰ ਮੈਸੇਜ ਆਇਆ ਕਿ ਸੁਸਾਈਡ ਕਰ ਲਿਆ ਅਲੋਕ ਸਿੰਘ ਨਾਂ ਦੇ ਲੜਕੇ ਨੇ। ਅਸੀਂ ਮੌਕੇ 'ਤੇ ਜਦੋਂ ਪਹੁੰਚੇ ਤਾਂ ਬੋਡੀ ਪਹਿਲਾਂ ਹੀ ਹੋਸਪਿਟਲ ਸ਼ਿਫਟ ਕਰ ਦਿੱਤੀ, ਡੀਪ ਹੋਸਪਿਟਲ। ਅਤੇ ਉਹਨਾਂ ਦੀ ਵਾਈਫ ਦੇ ਬਿਆਨ 'ਤੇ, ਮਨਪ੍ਰੀਤ ਕੌਰ ਨੇ ਜੋ ਗੌਰਮੈਂਟ ਗਰਲ ਕਾਲਜ 'ਚ ਲੈਕਚਰਾਰ ਨੇ, ਉਹਨਾਂ ਦੇ ਬਿਆਨ 'ਤੇ ਅਸੀਂ 306 ਦਾ ਪਰਚਾ ਜੋ ਉਹਨਾਂ ਨੇ ਲਿਖਾਇਆ। ਸਰ, ਕੋਈ ਸੁਸਾਈਡ ਨੋਟ ਵੀ ਮਿਲਿਆ? ਸੁਸਾਈਡ ਨੋਟ ਮਿਲਿਆ ਸਰ, ਨਹੀਂ ਸੁਸਾਈਡ ਨੋਟ ਸਰ, ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ, ਉਹ ਅਸੀਂ ਹਲੇ ਡਿਸਕਲੋਜ਼ ਨਹੀਂ ਕਰ ਸਕਦੇ ਤੁਹਾਨੂੰ। ਅਤੇ ਉਹਨਾਂ ਦੀ ਵਾਈਫ ਦੇ ਬਿਆਨ 'ਤੇ ਅਸੀਂ ਕਾਰਵਾਈ ਕਰਦੇ ਸਰ, 306 ਦਾ ਪਰਚਾ ਦੇ ਰਹੇ ਹਾਂ 3 ਬੰਦਿਆਂ ਦੇ ਖਿਲਾਫ਼। ਸਰ ਸਰ, ਇੱਕ ਕਰਨ ਸਿੰਘ ਨੇ ਕੋਈ, ਔਰ ਹਰਿੰਦਰ ਸਿੰਘ, ਤ੍ਰਿਭੂਵਨ, 3 ਬੰਦਿਆਂ ਦੇ। ਉਹ ਵਾਈਫ ਅੱਗੇ ਕਦੇ ਜ਼ਿਕਰ ਕਰਦਾ ਸੀ ਵੀ ਮੈਂ ਪੈਸੇ ਲੈਣੇ ਉਹਨਾਂ ਤੋਂ, ਮੈਨੂੰ ਪੈਸੇ ਨਹੀਂ ਦੇ ਰਹੇ। ਸਰ, ਕਿਸੇ ਲੀਡਰ ਦਾ ਵੀ ਨਾਮ ਵਿੱਚ ਨਹੀਂ? ਇਸ ਤਰ੍ਹਾਂ ਦੀ ਕੋਈ ਗੱਲ? ਕਿੰਨੇ ਪੈਸੇ ਲੈਣੇ ਸੀਗੇ? ਉਹਨਾਂ ਦੀ ਵਾਈਫ ਦੇ ਬਿਆਨ ਮੁਤਾਬਕ ਕਰੀਬ 50 ਕੁ ਲੱਖ ਰੁਪਇਆ ਹੈਗਾ ਜੋ ਉਹਨੇ ਲੈਣਾ ਸੀ। ਇਹ ਕਾਰ ਉਹ ਪਤਾ ਨਹੀਂ ਕੌਣ ਹੈ ਸਰ, ਵਾਈਫ ਵੀ ਨਹੀਂ ਜਾਣਦੀ ਉਹਨਾਂ ਨੂੰ, ਉਹਦੇ ਮੰਨਣ ਵਾਲੀ ਵਾਈਫ ਵੀ ਉਹਨਾਂ ਨੂੰ ਨਹੀਂ ਜਾਣਦੀ। ਉਹ ਜ਼ਿਕਰ ਜਿਵੇਂ ਹੁੰਦਾ ਵੀ ਪੈਸੇ ਲੈਣੇ ਆ, ਉਹ ਦੇਣ ਇਸ ਤਰ੍ਹਾਂ ਗੱਲ ਕੀਤੀ ਸੀ ਇੱਕ ਦੋ ਵਾਰ ਉਹਨੂੰ। ਇਹ ਮੁੰਡਾ ਕੰਮ ਕੀ ਕਰਦਾ? ਇਹ ਕਾਰ ਪਰਚੇਜ਼ ਦਾ ਕੰਮ ਸੀ ਅਲੋਕ ਸਿੰਘ ਦਾ। ਕਿੰਨੇ ਵੀ ਸੁਸਾਈਡ ਜੀ ਸਰ? ਸਾਨੂੰ 1 ਵਜੇ ਅਸੀਂ ਪਹੁੰਚੇ, ਉਸ ਤੋਂ ਪਹਿਲਾਂ ਹੋ ਗਏ ਸੀ ਸਰ। ਉਸ ਟਾਈਮ ਘਰ 'ਚ ਕੋਈ ਨਹੀਂ? ਘਰ 'ਚ ਸਰ ਮਦਰ ਬੈੱਡ 'ਤੇ ਨੇ, ਆਕਸੀਜਨ 'ਤੇ ਲੱਗੇ ਆ, ਇਹਨਾਂ ਨਰਸ ਰੱਖੀ ਹੋਈ ਹੈ ਜੀ। ਫਾਦਰ ਮੈਂਟਲੀ ਡਿਸਆਰਡਰ ਹੈ ਸਰ, ਦਿਮਾਗੀ ਤੌਰ 'ਤੇ ਠੀਕ ਨਹੀਂ ਰਹਿੰਦੇ ਉਹਦੇ। ਅਤੇ ਵਾਈਫ ਕਾਲਜ ਚਲੀ ਗਈ ਸੀ, ਬੱਚਾ ਵੀ ਸਕੂਲ ਚਲਾ ਗਿਆ ਸੀ ਜੀ। ਸਰ, ਉਹਨਾਂ ਦੇ ਬਰਦੇ ਨਹੀਂ ਲਾਉਣੇ ਜਸਵਿੰਦਰ ਭੱਲਾ ਜੀ ਦੇ। ਬਾਬੂਸ਼ਾਹੀ ਟਾਈਮਜ਼ ਲਈ ਲੁਧਿਆਣਾ ਤੋਂ ਸੰਜੀਵ ਸੂਦ ਦੀ ਰਿਪੋਰਟ।